आए हाय 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 आगे मेरे शेर प्याले आटा। ओ तेनू पता ता है चाचा साडा जेड़े कम पिछे पैगे पैगे क्यों शामू जी 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 ला भी लानदार नहीं तर के रहने वास्ते जा इना अफसरां लई शरबत ना बनावा केसर बदाम घोल के हैं आहो शरबत ही लोट रहूं नाल कुछ खान नु भी देख लो भुख बहुत लगी है शर्म तो नहीं आती डोकला 80 दिन एक महीना पहलों का क्या वा कल आना सी तुही खसम दीवी ने हुण वड़े जे इत्थे बीबी अज तड़के तो असि लंबड़ा कनियो बेले होए होर की झूठ ना मारनी परसों दी वेली होई है तू उथों दस्या मैनू उन्होंने क्यों भाली दे बापू चल कोई नहीं ऊपर वाला सब देखदा है ਹੁਣ ਜੇ ਕੁੜੀ ਵਿਦਿਆ ਹੁਣ ਤੱਕ ਦੋਵੇਂ ਜਾਣੇ ਕੰਮ ਵਿੱਚ ਛੱਡ ਕੇ ਕਿਤੇ ਗਏ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਦੱਸਦਾ ਤੈਨੂੰ ਓ ਨਹੀਂ ਨਹੀਂ ਚਾਚੀ ਹੁਣ ਨਹੀਂ ਸੀਟੀ ਕਿਤੇ ਜਾਂਦੀ ਡੁਕਲਾ ਹਾਂ ਬੁਰਾ ਓਏ ਹਾਂ ਆ ਸਾਈਕਲ ਫੜ ਤੇ ਸ਼ਾਮੂ ਨਾ ਗੱਟੇ ਤਰਾ ਠੀਕ ਹੈ ਮੈਂ ਸੀਟੀ ਨੂੰ ਦੱਸਦਾ ਕੀ ਤੇ ਕੀ ਪਿਆ ਕੀ ਤੇ ਕੀ ਪਿਆ ਕੀ ਤੇ ਕੀ ਪਿਆ ਓਏ ਉਹੀ ਤੇ ਉਹੀ ਪਿਆ ਉਹੀ ਤੇ ਉਹੀ ਪਿਆ ਚੱਲ बस थोड़ी जी कमजोरी है जी आ नानकियां दी रोटी पानी ते मठियाई दी धूड़ कड़ के तगड़े हो जाना आपां भाई डेरे दे साथ ते नानकियां कर दो ता को जादे चांबल देने पिछली यारी खंभ मरोड़े ही तेरे भुल गया लगदा तोतिया ओ भाई ओदो मैं थोड़ा कमजोर सी हुण ना मेरी पूंछ नु हथ ला बैठी किते ना हुण पूंछ ते ट्रांसफार्म धरा लिया ता चल छड़ तोतिया बहुतिया गल्लां ना मार पहला मुंडा समान चक के अंदर रख हां जी हां जी मैनू लगदा मामा हले मेरा ही जहाज उतरिया सब तो पहला मेरे लिए की लेके आया लुधियाने तो चल दिखावा बस वीरे आही कुछ लेके आया है आही कुछ भी एक दो चीजें तेरिया ने बाकी गुड्डी भैन लई आ अच्छा गुड्डी भैन दे ब्याह ते भुआ ने इन्ना कुछ भेजा सी ਨਾਲੇ ਗੁੱਡੀ ਚਾਕ ਕੇ ਦਿਖਾਵੇ ਇਹਨਾਂ ਵੱਲ ਓਏ ਇੰਨਾ ਲਾਲਚ ਚੰਗਾ ਨਹੀਂ ਹੁੰਦਾ ਹੈਗਾ ਪਰ ਮੰਮੀ ਲੈ ਕੇ ਆਊਗੀ ਤੇਰੇ ਲਈ ਕੁਛ ਹੋਰ ਉਹਨੇ ਕਿਹਾ ਹੋਇਆ ਕਬਾੜੀ ਇਹਨੂੰ ਇਹ ਤਾਂ ਮੈਂ ਉਈ ਇਧਰ ਉਧਰੋਂ ਚੱਕ ਲਿਆ ਆ ਇਧਰੋਂ ਉਧਰੋਂ ਚੱਕ ਲਿਆ ਆ ਆਇਆ ਵੱਡਾ ਸਿਆਣਾ ਨਾਲੇ ਮੈਂ ਕਿਹੜਾ ਰੂੜੀਆਂ ਤੋਂ ਚੱਕ ਕੇ ਲਿਆਂਦੀ ਹੋਈ ਆ ਉਹ ਕਹਿੰਦੀ ਤਾਂ ਹੁੰਦੀ ਆ ਮੰਮੀ ਵੀ ਗੋਹਾ ਕੂੜਾ ਸੁੱਟਣ ਗਈ ਨੂੰ ਰੂੜੀਆਂ ਤੋਂ ਲੱਭੀ ਸੀ ਤੂੰ ਹਾਂ ਦੱਸਦੀ ਆ ਮੈਂ ਤੈਨੂੰ ਠਹਿਰ ਜਾ ਰੁਕ ਰੁਕ ਮੰਮੀ ਹਾਏ ਹਾਏ ਹਾਂ ਅਜੇ ਤਾਂ ਝਾੜੀਆਂ ਕਢਾਏ ਵੀ ਨਹੀਂ ਰੱਖੇ ਸਭ ਤਾਂ ਪਹਿਲਾਂ ਹੀ ਸ਼ੁਰੂ ਕਰਤਾ ਹੈ ਉਹ ਤੂੰ ਇਹਨੂੰ ਸਾਈ ਸਮਝ ਕੇ ਰੱਖ ਲਾ ਸਾਧੂ ਜੇ ਇਹਨੂੰ ਸਾਈ ਸਮਝ ਕੇ ਰੱਖ ਲਿਆ ਤਾਂ ਆਖਰੀ ਹਿਸਾਬ ਕਿਤਾਬ ਵੇਲੇ ਤਾਂ ਮੇਰੇ ਨਾਲ ਬਾਂਜਰ ਕੇ ਲਈ ਖੇ ਜਾਣਗੇ ਇਹ ਅਸਲ 'ਚ ਭੋਲੀ ਭੈਣ ਨੇ ਇਹਦੀ ਸਨਾਮ ਵਾਲੀ ਮਸੂਰੀ ਸੁਣ ਲਈ ਓ ਧੀ ਦੀ ਜੁੱਤੀ ਤਾਂ ਪਾਪ ਧੋ ਦਿੰਦੀ ਆ ਨਾਲੇ ਖਬਰਦਾਰ ਜੇ ਮੇਰੇ ਨਾਲ ਸਨਾਮ ਵਾਲੀ ਗੱਲ ਕੀਤੀ ਆ ਕਿਤੇ ਮਾਰ ਕੇ ਝਾੜਨੀ ਖੋਪੜ ਜਾ ਦੂੰ ਮੈਂ ਤੇਰਾ ਇੱਕ ਵਾਰੀ ਤੇਰੇ ਬਾਪੂ ਦੇ ਚੋਟਣ 'ਚ ਮਾਰੀ ਜਿਮਾ ਕਰਛੀ ਤੈਨੂੰ ਚਾਲੋ ਦੇ ਚੱਜੋ ਮੂੰਗੀ ਨਿਕਲੋ ਨਹੀਂ ਹਟੀ ਸੋਦਗੋ ਤੇਰੀ ਤੂੰ ਉਦੋਂ ਨਿਆਣਾ ਥੀ ਤੈਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਤੂੰ ਉਦੋਂ ਨਿਆਣਾ ਥੀ ਵੱਡਾ ਸਾਧੂ ਹਲਵਾਈ ਓ ਸਾਧੂ ਹਾਂ ਉਹ ਕੋਈ ਕੰਮ ਦੀ ਗੱਲ ਕਰ ਲੋ ਆਏ ਗੱਲਾਂ ਤੁਸੀਂ ਜਨਰਲ ਦਿਨ ਤੱਕ ਕਰੀ ਜਾਣੀਆਂ ਨਾ ਤੂੰ ਚੰਗਾ ਬੰਦਾ ਕੱਲੇ ਹੀ ਆ ਗਿਆ ਅੱਲਾ ਕਿਉਂ ਆ ਗਿਆ ਛੋਟੂ ਵੀ ਆਇਆ ਨਾਲ ਓ ਛੋਟੂ ਓ ਕਿੱਥੇ ਮਰ ਗਿਆ ਤੂੰ ਓਏ ਮਰਿਆ ਤਾਂ ਇੱਕੋ ਵਾਰੀ ਜਾਂਦਾ ਬਾਪੂ ਓਏ ਸਤਿ ਸ੍ਰੀ ਅਕਾਲ ਮੈਂ ਤਾਂ ਮਰਿਆ ਸੀ ਹੇਮਾ ਮਾਲਨੀ ਤੇ ਹਾਏ ਇਹ ਤਾਂ ਤੂੰ ਪਤਾ ਨਹੀਂ ਕਿਵੇਂ ਮੇਰੇ ਜੋੜਾਂ ਚ ਆ ਕੇ ਬਹਿ ਗਿਆ ਇਸੇ ਚੱਕਰ ਚ ਧਰਮਿੰਦਰ ਬਾਜੀ ਮਾਰ ਗਿਆ ਓ ਮੈਂ ਤੇਰੇ ਕਿਤੇ ਮੁੱਕਾ ਨਾ ਮਾਰਾਂ ਫੇਰ ਤੁਰ ਪਿਆ ਬੰਬੇ ਨੂੰ ਤੇਰੀ ਮਤ ਲੈਣਾ ਬੰਬੇ ਕਾ ਨਾਮ ਮੇਰੇ ਸਾਹਮਣੇ ਮੇਰੇ ਤਨ ਬਦਲ ਮੇ ਆਗ ਸੀ ਲੱਗ ਜਾਂਦੀ ਓ ਮੈਂ ਲਾ ਤੇਰੇ ਪਰ ਫਟਾ ਚੀਕਾ ਤੰਗ ਮਨ ਮੈਂ ਆਗ ਲੱਗ ਜਾਂਦੀ ਐ ਤੇ ਬਾਪੂ ਕਿਉਂ ਲੋਕਾਂ ਦੇ ਸਾਹਮਣੇ ਨਿਆਣੇ ਦੀ ਮਿੱਟੀ ਪੜਦਾ ਤੂੰ ਹਾਂ ਸੱਚ ਪੱਟਾਂ ਤੋਂ ਜਾ ਆਇਆ ਚੋਰ ਤਾਂ ਪਾਪੇ ਜਲੇ ਬੜੇ ਜੀ ਪਟਾਂਗੇ ਨਹੀਂ ਨਹੀਂ ਚੋਰ ਐਸੇ ਵੇੜੇ ਚ ਪਟਾਂਗੇ ਉਹ ਉੱਥੇ ਓ ਕਾਕਾ ਹਲਵਾਈ ਅਸੀਂ ਆ ਕਟੂ ਹਲਵਾਈ ਦਾ ਤੂੰ ਐ ਹੋਰ ਤਨ ਧਰਾਂ ਕੱਢਣ ਨੂੰ ਬੁਲਾਇਆ ਇਸ ਵਿਆਹ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਐ ਇਸ ਲਈ ਜਿਵੇਂ ਜਿਵੇਂ ਭਾਣਜਾ ਕਹਿੰਦਾ ਉਵੇਂ ਉਵੇਂ ਕਰੀ ਚੱਲੋ ਸਮਝੇ